ਵੈਲਕਮ ਸਟੂਡੈਂਟਸ, ਸਾਡਾ ਡਿਸਕਸ਼ਨ ਦਾ ਟੌਪਿਕ ਆ ਸਿਚੁਏਸ਼ਨਲ ਲੀਡਰਸ਼ਿਪ ਥਿਊਰੀ SLT। ਸਿਚੁਏਸ਼ਨਲ ਲੀਡਰਸ਼ਿਪ ਥਿਊਰੀ ਡਿਵੈਲਪਡ ਬਾਈ ਪੌਲ ਹਰਸੇ ਐਂਡ ਨੀਥ ਬੈਂਚਾਰਡ ਇਨ ਦਾ ਲੇਟ 1960s ਐਂਡ ਅਰਲੀ 1970s ਇਜ਼ ਅ ਕੰਟਿੰਜੈਂਸੀ ਬੇਸਡ ਲੀਡਰਸ਼ਿਪ ਮਾਡਲ ਦੈਟ ਐਮਫੇਸਾਈਜ਼ ਦਾ ਇੰਪੋਰਟੈਂਸ ਆਫ ਅਡੈਪਟਿੰਗ ਲੀਡਰਸ਼ਿਪ ਸਟਾਈਲ to the readiness level of followers. The theory proposes that effective leadership depends on matching the leader's behavior to developmental level of followers in a given situation. ਤਾਂ ਇਹ ਥਿਊਰੀ ਕੀ ਕਹਿੰਦੀ ਆ ਕਿ ਜਿਹੜੀ ਇਫੈਕਟਿਵ ਲੀਡਰਸ਼ਿਪ ਆ ਉਹ ਕਿਹਦੇ 'ਤੇ ਡਿਪੈਂਡ ਕਰਦੀ ਆ ਕਿ ਜਿਹੜਾ ਲੀਡਰ ਆ ਉਸ ਦੇ ਵਰਤਾਓ ਦੇ ਉੱਤੇ ਅਤੇ ਜਿਹੜੀ ਫੋਲੋਅਰਸ ਨੇ ਜਾਂ ਉਸਦੇ ਟੀਮ ਮੈਂਬਰ ਨੇ ਦਿੱਤੀ ਹੋਈ ਸਥਿਤੀ ਮੁਤਾਬਕ ਉਹਨਾਂ ਦੀ ਕਿੰਨੀ ਡਿਵੈਲਪਮੈਂਟ ਹੁੰਦੀ ਆ ਇਹ ਸਾਰੀ ਚੀਜ਼ ਦੇ ਉੱਤੇ ਨਿਰਭਰ ਕਰਦੀ ਆ ਇਫੈਕਟਿਵ ਲੀਡਰਸ਼ਿਪ। ਇਹਦੇ ਵਿੱਚ ਅਸੀਂ ਡਿਟੇਲਡ ਐਗਜ਼ਾਮੀਨੇਸ਼ਨ ਕਰਨੀ ਆ ਇਸ ਥਿਊਰੀ ਦੀ, ਤਾਂ ਇਹਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ ਸਾਡੇ ਕੋਲ ਆਊਗਾ ਡਿਵੈਲਪਮੈਂਟਲ ਲੈਵਲ ਆਫ ਫੋਲੋਅਰਸ। ਡਿਵੈਲਪਮੈਂਟ ਲੈਵਲ ਨੇ ਜਿਹੜੇ ਫੋਲੋਅਰਸ ਦੇ ਉਹ ਕੀ ਨੇ? ਰੈਡੀਨੈਸ। SLT defines readiness as the extent to which followers have to ability and willingness to accomplish a specific task. Readiness is determined by two factors, competency ਜਿਹਨੂੰ ability ਵੀ ਬੋਲਦੇ ਹਾਂ ਅਸੀਂ ਐਂਡ ਕਮਿਟਮੈਂਟ ਜਿਹਨੂੰ ਵਿਲਿੰਗਨੈਸ ਬੋਲਦੇ ਹਾਂ। ਕੰਪੀਟੈਂਸੀ ਰੈਫਰਸ ਟੂ ਦਾ ਸਕਿੱਲਸ, ਨੌਲੇਜ ਐਂਡ ਐਕਸਪੀਰੀਅੰਸ ਆਫ ਫੋਲੋਅਰਸ, while commitment refers to their confidence, motivation and willingness to perform the task. ਇਹ ਰੈਡੀਨੈਸ ਹੋ ਗਈ। ਰੈਡੀਨੈਸ ਦੇ ਵਿੱਚ ਦੋ ਚੀਜ਼ਾਂ ਨੇ, ਫਿਰ ਹੈ ਫੋਰ ਡਿਵੈਲਪਮੈਂਟਲ ਲੈਵਲਸ। SLT ਆਈਡੈਂਟੀਫਾਈਜ਼ ਫੋਰ ਡਿਵੈਲਪਮੈਂਟਲ ਲੈਵਲਸ ਬੇਸਡ ਔਨ ਦਾ ਕੋਂਬੀਨੇਸ਼ਨ ਆਫ ਕੰਪੀਟੈਂਸੀ ਐਂਡ ਕਮਿਟਮੈਂਟ। ਤਾਂ ਹੁਣ ਕੰਪੀਟੈਂਸੀ ਅਤੇ ਕਮਿਟਮੈਂਟ ਦੇ ਬੇਸ ਦੇ ਉੱਤੇ ਇਹਨਾਂ ਨੇ ਫੋਰ ਜਿਹੜੇ ਵਿਕਾਸ ਦੇ ਲੈਵਲ ਬੋਲੇ ਨੇ, D1 low competency and high commitment, ਇਹਨੂੰ enthusiastic beginner ਵੀ ਬੋਲਦੇ ਨੇ। D2 development ਜਿਹੜਾ Model 2 ਆ, ਸਮ ਕੰਪੀਟੈਂਸੀ ਲੋ ਕਮਿਟਮੈਂਟ, ਇਹਦੇ ਵਿੱਚ ਲੋ ਕੰਪੀਟੈਂਸੀ ਹਾਈ ਕਮਿਟਮੈਂਟ ਆ। ਅਤੇ ਅੱਗੇ 3 ਨੰਬਰ 'ਤੇ ਹੈਗਾ ਮੋਡਰੇਟ ਟੂ ਹਾਈ ਕੰਪੀਟੈਂਸੀ, ਇਹਦੇ ਵਿੱਚ ਵੇਰੀਏਬਲ ਕਮਿਟਮੈਂਟ ਆ, ਕੈਪੇਬਲ ਬਟ ਕੋਸ਼ੀਅਸ ਪਰਫੋਰਮੈਂਸ ਪਰਫੋਰਮਰ। D4 ਦੇ ਵਿੱਚ ਕੀ ਆ? ਹਾਈ ਕੰਪੀਟੈਂਸ ਹਾਈ ਕਮਿਟਮੈਂਟ ਸੈਲਫ ਰਿਲਾਇੰਟ ਅਚੀਵਰ। ਤਾਂ 4 ਡਿਵੈਲਪਮੈਂਟ ਸਟੇਜਿਸ ਨੇ। ਫਿਰ ਅੱਗੇ ਲੀਡਰਸ਼ਿਪ ਸਟਾਈਲਸ ਨੇ, ਇਹਦੇ ਵਿੱਚ ਪਹਿਲਾਂ ਵੀ ਅਸੀਂ ਕੰਟਿੰਜੈਂਸੀ ਥਿਊਰੀ ਦੇ ਵਿੱਚ ਇਹ ਥੋੜ੍ਹੀਆਂ ਜਿਹੀਆਂ ਗੱਲਾਂ ਕੀਤੀਆਂ ਨੇ ਇਹਦੇ ਬਾਰੇ। ਇਹਦੇ ਵਿੱਚ ਹੈਗਾ ਡਾਇਰੈਕਟਿਵ ਸਟਾਈਲ, ਜਿਹਨੂੰ ਟੈਲਿੰਗ ਵੀ ਬੋਲਦੇ ਹੋ। ਇਨ ਦਿਸ ਸਟਾਈਲ ਦ ਲੀਡਰ ਪ੍ਰੋਵਾਈਡ ਸਪੈਸੀਫਿਕ ਇੰਸਟਰਕਸ਼ਨਸ ਕਲੋਜਲੀ ਸੁਪਰਵਾਈਜ਼ ਟਾਸਕ ਪਰਫੋਰਮੈਂਸ ਐਂਡ ਮੇਕਸ ਡਿਸੀਜਨ ਫਾਰ ਦਾ ਫੋਲੋਅਰ। ਤਾਂ ਸਿੱਧਾ ਜਿਹੜਾ ਇਹ ਦੱਸਦਾ ਏ ਟਾਸਕ ਬਾਰੇ, ਫੋਲੋਅਰਸ ਨੂੰ ਆਪਣੇ ਡਿਸੀਜਨ ਲੈਣ ਬਾਰੇ। ਇਟ ਇਜ਼ ਮੋਸਟ ਸੂਟੇਬਲ ਫਾਰ ਫੋਲੋਅਰਸ ਐਟ D1 ਔਰ D2 ਲੈਵਲਸ ਆਫ ਰੈਡੀਨੈਸ, ਹੂ ਰਿਕੁਆਇਰਸ ਕਲੀਅਰ ਗਾਈਡੈਂਸ ਐਂਡ ਡਾਇਰੈਕਸ਼ਨਸ। ਫਿਰ ਸਪੋਰਟਿਵ ਆ ਸੈਲਿੰਗ ਸਟਾਈਲ, ਇਨ ਦਿਸ ਸਟਾਈਲ ਦਾ ਲੀਡਰ ਪ੍ਰੋਵਾਈਡ ਸਪੋਰਟ
encouragement and praise to boost followers' confidence and motivation. The leader also involves followers in decision making and problem solving. It is effective for followers of at D2 and or D3 level who need encouragement. Fair have participative style. In this style, the leader collaborate with the followers, solicits their input and involve them in decision making. It is suitable for D3 or D4 levels who have the skills and motivation to contribute the decision making process. Fair delegative style de vich, in this style the leader provides minimal guidance and allows followers to take ownership of task and make decision independently. It is most appropriate for followers D4 level who are highly competent and motivated. Number 3 ਤੇ ਗੱਲ ਕਰਾਂਗੇ ਅਸੀਂ ਲੀਡਰਸ਼ਿਪ ਅਡੈਪਟੇਸ਼ਨ ਦੀ। ਇਹਦੇ ਵਿੱਚ ਕੀ ਆਉਂਦਾ ਹੈ, ਮੈਚਿੰਗ ਲੀਡਰਸ਼ਿਪ ਸਟਾਈਲ ਟੂ ਡਿਵੈਲਪਮੈਂਟਲ ਲੈਵਲ। ਅਕੋਰਡਿੰਗ ਟੂ SLT, ਇਫੈਕਟਿਵ ਲੀਡਰਸ ਅਡੈਪਟ ਦੇਅਰ ਲੀਡਰਸ਼ਿਪ ਸਟਾਈਲ ਟੂ ਮੈਚ ਦਾ ਡਿਵੈਲਪਮੈਂਟਲ ਲੈਵਲ ਆਫ ਦੇਅਰ ਫੋਲੋਅਰਸ। ਦੇ ਯੂਜ਼ ਆ ਮੋਰ ਡਾਇਰੈਕਟਿਵ ਅਪਰੋਚ ਵਿਦ ਲੈਸ ਕੰਪੀਟੈਂਟ ਔਰ ਕਮਿਟਡ ਫੋਲੋਅਰਸ ਐਂਡ ਗ੍ਰੈਜੂਅਲੀ ਸ਼ਿਫਟ ਟੁਵਾਰਡਸ ਆ ਮੋਰ ਪਾਰਟੀਸਪੇਟਿਵ ਐਂਡ ਡੈਲੀਗੇਟਿੰਗ ਗੇਟਿਵ ਅਪਰੋਚ ਐਸ ਸੱਚ ਫੋਲੋਅਰਸ ਬਿਕਮ ਮੋਰ ਕੰਪੀਟੈਂਟ ਐਂਡ ਕਮਿਟਡ। ਅੱਗੇ ਹੈਗਾ ਫਲੈਕਸੀਬਿਲਿਟੀ ਐਂਡ ਸਿਚੁਏਸ਼ਨਲ ਅਵੇਅਰਨੈਸ। ਇਫੈਕਟਿਵ ਲੀਡਰਸ ਕੰਟੀਨਿਊਸਲੀ ਅਸੈਸ ਦਾ ਰੈਡੀਨੈਸ ਲੈਵਲ ਆਫ ਦੇਅਰ ਫੋਲੋਅਰ ਐਂਡ ਐਡਜਸਟ ਦੇਅਰ ਲੀਡਰਸ਼ਿਪ ਸਟਾਈਲ ਅਕੋਰਡਿੰਗਲੀ। ਦਾ ਡੈਮੋਸਟਰੇਟ ਦੇ ਡੈਮੋਸਟਰੇਟ ਫਲੈਕਸੀਬਿਲਿਟੀ ਐਂਡ ਸਿਚੁਏਸ਼ਨਲ ਅਵੇਅਰਨੈਸ ਟੂ ਮੀਟ ਦਾ ਇਵੋਲਵਿੰਗ ਨੀਡਸ ਆਫ ਦੇਅਰ ਟੀਮ ਮੈਂਬਰਸ ਐਂਡ ਅਚੀਵ ਡਿਜ਼ਾਇਰਡ ਆਊਟਕਮਸ। ਚੌਥੇ ਨੰਬਰ 'ਤੇ ਪ੍ਰੈਕਟੀਕਲ ਐਪਲੀਕੇਸ਼ਨ, ਟ੍ਰੇਨਿੰਗ ਐਂਡ ਡਿਵੈਲਪਮੈਂਟ। SLT ਪ੍ਰੋਵਾਈਡ ਅ ਫਰੇਮਵਰਕ ਫਾਰ ਲੀਡਰਸ਼ਿਪ ਟ੍ਰੇਨਿੰਗ ਐਂਡ ਡਿਵੈਲਪਮੈਂਟ ਪ੍ਰੋਗਰਾਮਸ। ਔਰਗੇਨਾਈਜੇਸ਼ਨਸ ਕੈਨ ਯੂਜ ਦਾ ਥਿਊਰੀ ਟੂ ਅਸੈਸ ਦਾ ਰੈਡੀਨੈਸ ਲੈਵਲ ਆਫ ਦੇਅਰ ਇੰਪਲਾਈਜ ਐਂਡ ਪ੍ਰੋਵਾਈਡ ਟਾਰਗੇਟਡ ਟ੍ਰੇਨਿੰਗ ਐਂਡ ਸਪੋਰਟ ਟੂ ਐਨਹਾਂਸ ਦੇਅਰ ਲੀਡਰਸ਼ਿਪ ਸਕਿੱਲਸ। ਪਰਫੋਰਮੈਂਸ ਮੈਨੇਜਮੈਂਟ, SLT ਕੈਨ ਇਨਫੋਰਮ ਪਰਫੋਰਮੈਂਸ ਮੈਨੇਜਮੈਂਟ ਪ੍ਰੈਕਟਿਸਿਜ਼ ਬਾਏ ਹੈਲਪਿੰਗ ਲੀਡਰਸ ਪ੍ਰੋਵਾਈਡ ਐਪਰੋਪ੍ਰੀਏਟ ਲੈਵਲਸ ਆਫ ਸਪੋਰਟ ਐਂਡ ਗਾਈਡੈਂਸ ਟੂ ਦਾ ਟੀਮ ਮੈਂਬਰਸ ਬੇਸਡ ਔਨ ਦਾ ਰੈਡੀਨੈਸ ਲੈਵਲ। ਇਟ ਕੈਨ ਆਲਸੋ ਗਾਈਡ ਦਾ ਡੈਲੀਗੇਸ਼ਨ ਆਫ ਟਾਸਕ ਰਿਸਪੋਂਸੀਬਿਲਿਟੀਜ਼ ਟੂ ਮੈਕਸੀਮਾਈਜ਼ ਇੰਪਲਾਈ ਪਰਫੋਰਮੈਂਸ। ਅੱਗੇ ਕ੍ਰਿਟੀਸਿਜ਼ਮ ਅਤੇ ਲਿਮਿਟੇਸ਼ਨਸ ਨੇ ਇਸ ਦੀਆਂ, ਸਿੰਪਲਿਸਿਟੀ ਐਂਡ ਜਨਰਲਾਈਜੇਸ਼ਨ। ਸਮ ਕ੍ਰਿਟਿਕ ਆਰਗਿਊਸ ਦੈਟ SLT ਓਵਰ ਸਿੰਪਲੀਫਾਈਜ਼ ਦਾ ਕੰਪਲੈਕਸ ਨੇਚਰ ਆਫ ਲੀਡਰਸ਼ਿਪ ਬਾਏ ਰਿਡਿਊਸਿੰਗ ਇਟ ਟੂ ਅ ਫਿਊ ਬੇਸਿਕ ਸਟਾਈਲਸ ਐਂਡ ਡਿਵੈਲਪਮੈਂਟਲ ਲੈਵਲਸ। ਦੀ ਥਿਊਰੀ ਮੇ ਨੋਟ ਫੁੱਲੀ ਕੈਪਚਰ ਦਾ ਲੀਡਰਸ਼ਿਪ ਬਿਹੇਵੀਅਰ ਐਂਡ ਮਲਟੀਟਿਊਡਸ ਆਫ ਫੈਕਟਰਸ ਦੈਟ ਇਨਫਲੂਐਂਸ ਫੋਲੋਅਰ ਰੈਡੀਨੈਸ। ਲਿਮਿਟਡ ਇੰਪੇਰੀਕਲ ਸਪੋਰਟ, ਵਾਇਲ SLT ਹੈਜ਼ ਬੀਨ ਵਾਈਡਲੀ ਅਪਲਾਈਡ ਇਨ ਔਰਗੇਨਾਈਜੇਸ਼ਨਲ ਸੈਟਿੰਗ, ਸਮ ਸਟੱਡੀਜ਼ ਕੁਐਸਚਨਸ ਇਟ ਇਜ਼ ਇੰਪੇਰੀਕਲ ਵੈਲਿਡਿਟੀ ਐਂਡ ਦਾ ਰਿਲਾਇਬਿਲਿਟੀ ਆਫ ਇਟਸ ਡਿਵੈਲਪਮੈਂਟਲ ਲੈਵਲ ਅਸੈਸਮੈਂਟਸ।
The theory may lack consistent empirical support across different contexts and cultures. ਫਿਰ ਇਹਦਾ ਕ੍ਰਿਟਿਸਿਜ਼ਮ ਕੀਤਾ ਹੈ ਪਰਸਪੈਕਟਿਵ ਨੇਚਰ SLT prescribes specific leadership behaviors based on follower readiness level, which may not always be applicable or effective in every situation. Leaders should exercise judgment, discretion in applying the theory's principles to real-world leadership challenges. ਤਾਂ ਇਹ ਸੀਗੀ ਥਿਊਰੀ। ਅਖੀਰ 'ਚ ਅਸੀਂ ਕਹਿ ਸਕਦੇ ਹਾਂ ਸਿਚੁਏਸ਼ਨ ਲੀਡਰਸ਼ਿਪ ਥਿਊਰੀ ਇਜ਼ ਆ ਕੰਟੀਜੈਂਸੀ ਬੇਸਡ ਲੀਡਰਸ਼ਿਪ ਮਾਡਲ ਦੈਟ ਐਮਫੇਸਾਈਜ ਦਾ ਇੰਪੋਰਟੈਂਸ ਆਫ ਅਡੈਪਟਿੰਗ ਲੀਡਰਸ਼ਿਪ ਸਟਾਈਲ ਟੂ ਫੋਲੋ ਰੈਡੀਨੈਸ ਲੈਵਲ ਬਾਏ ਮੈਚਿੰਗ ਲੀਡਰਸ਼ਿਪ ਬਿਹੇਵੀਅਰ ਟੂ ਡਿਵੈਲਪਮੈਂਟਲ ਲੈਵਲ ਆਫ ਫੋਲੋਅਰਸ ਲੀਡਰਸ ਕੈਨ ਇਫੈਕਟਿਵਲੀ ਗਾਈਡ ਐਂਡ ਸਪੋਰਟ ਦੇਅਰ ਟੀਮ ਮੈਂਬਰਸ ਟੂ ਅਚੀਵ ਡਿਜ਼ਾਇਰਡ ਗੋਲਸ ਐਂਡ ਆਊਟਕਮਸ ਵਾਇਲ SLT provide a practical framework for leadership development and performance management. It also faces criticism related to its simplicity, empirical support and perspective nature. ਤਾਂ ਇਹ ਸੀਗਾ SLT situational leadership theory. Next ਮਿਲਾਂਗੇ ਫਿਰ ਅਗਲੇ ਟੋਪਿਕ ਨਾਲ। Okay, thanks.